ਅੱਜ ਇਹ ਕਰ ਰਿਹਾ ਨਬੀ ਦੇ ਪਿਆਰੇ ਗੁਲਾਮੋ। ਇਸਲਾਮ ਦਾ ਹੁਸਨ ਇਹਦਾ ਹੈ ਕਿ ਇਹਦੇ ਅੰਦਰ ਤਰੀਕੇਕਾਰ ਦੇ ਵਿੱਚ ਥੋੜਾ ਬਹੁਤ ਇਖਤਲਾਫ ਹੋਵੇ, ਲੇਕਿਨ ਤਸੱਵਰ ਹੋਣਾ ਚਾਹੀਦਾ ਕਿ ਕਿਸੇ ਦੀ ਇੱਜ਼ਤ ਨਫਸ ਮਜਰੂਹ ਨਾ ਹੋਵੇ। ਅੱਛਾ ਤੁਸੀਂ ਦੱਸੋ, ਅਗਰ ਕੋਈ ਮੇਰੇ ਬਾਰੇ 'ਚ ਗੱਲ ਕਰੇ ਤੁਹਾਨੂੰ ਤਕਲੀਫ ਹੋਏਗੀ, ਤੁਹਾਡੇ ਬਾਰੇ 'ਚ ਕਰੇ ਮੈਨੂੰ ਹੋਏਗੀ, ਮੇਰੇ ਅੱਬੇ ਦੇ ਬਾਰੇ 'ਚ ਕਰੇ ਤੁਹਾਨੂੰ ਤਕਲੀਫ ਮੈਨੂੰ ਹੋਏਗੀ, ਤੁਹਾਨੂੰ ਤੁਹਾਡੀ ਵਾਲਦਾ ਦੇ ਬਾਰੇ 'ਚ, ਦਾਦੇ ਦੇ ਬਾਰੇ 'ਚ, ਨਾਨੇ ਦੇ ਬਾਰੇ 'ਚ ਕਰੇ ਤੁਹਾਨੂੰ ਤਕਲੀਫ ਹੋਏਗੀ, ਤਾਂ ਮੂਮਿਨ ਕਿਉਂਕਿ ਬੜਾ ਗੈਰਤਮੰਦ ਹੁੰਦਾ ਹੈ, ਮੂਮਿਨ ਨੂੰ ਜਦੋਂ ਕੋਈ ਵੱਡੇ ਕਿਸੇ ਬਜ਼ੁਰਗ ਮੋਹਸਿਨ ਇਸਲਾਮ ਦੇ ਬਾਰੇ 'ਚ ਕੋਈ ਗੱਲ ਕਰੇ ਤਾਂ ਉਹਨੂੰ ਤਕਲੀਫ ਬਹੁ ਆਉਂਦੀ ਹੈ। ਇਸ ਵਾਸਤੇ ਦਾਇਰੇ ਮੁਖਤਲਿਫ ਆਪਣੇ ਆਪਣੇ ਰੱਖੋ, ਕੋਈ ਬਾਤ ਨਹੀਂ, ਤਰੀਕਾਕਾਰ ਹੋਵੇ ਲੇਕਿਨ ਉਸੂਲ ਨਾ ਤੋੜੇ ਜਾਣ। ਇਸਲਾਮ ਦੇ ਜਿਹੜੇ ਮੋਹਸਿਨ ਨੇ, ਜਿਹੜੇ ਲੋਕ ਜਿਨ੍ਹਾਂ ਨੇ ਇਸਲਾਮ ਲਈ ਕੁਰਬਾਨੀਆਂ ਦਿੱਤੀਆਂ, ਆਪਣਾ ਸਭ ਕੁਝ ਕੁਰਬਾਨ ਕੀਤਾ, ਤੁਹਾਡੀ ਮੇਰੀ ਅੱਖ 'ਚ ਕਿਹੜੀ ਪਹਿਚਾਣ ਹੈ, ਦਿਲ ਕਿਹੜੇ ਚੰਗੇ ਹੁਸੈਨ ਹਸਾਨ ਹੈ ਫਲਾਣੇ ਦਾ ਪਤਾ ਲੱਗ ਜਾਂਦਾ, ਰਾਹ ਜਾਂਦਿਆਂ ਬੰਦਾ ਸਾਡਾ ਦਾਦਾ ਪੜਦਾਦਾ ਵੇਖ ਲੈਂਦਾ, ਇਹ ਬੰਦਾ ਖਾਨਦਾਨੀ ਹੈ, ਚਗਾ ਲੈ ਕੇ ਚੰਗਾ ਹੈ, ਮੇਰੇ ਪਿਓ ਦੀ ਬੜੀ ਪਹਿਚਾਣ ਆਈ ਅੱਖ ਨਾਲ, ਜਿਹਨੂੰ ਵੇਖੇ ਨਾਲ ਦੱਸ ਦਿੰਦੇ ਹਨ ਇਹ ਬੰਦਾ ਕੰਮੀ ਹੈ ਕਿ ਸਰਦਾਰ ਹੈ, ਮੇਰੇ ਵੜਕਿਆਂ ਦੀ ਬੜੀ ਅਲਾਮਤ ਆਈ ਚੰਦ ਘੰਟੇ ਉਹਦੇ ਨਾਲ ਸਫ਼ਰ ਕਰਨ ਨਾਲ, ਦੱਸ ਦਿੰਦੇ ਹਨ ਬੰਦਾ ਇਹ ਨਾਲ ਚੱਲਣ ਵਾਲਾ ਕਿ ਨਹੀਂ। ਤੁਸੀਂ ਸਿਆਣੇ ਲੋਕ ਹੋ, ਤੁਸੀਂ ਦੱਸੋ ਮੇਰਾ ਪਿਓ ਤਾਂ ਪਹਿਲੀ ਅੱਖ ਨਾਲ ਵੇਖ ਕੇ ਦੱਸੇ ਵੀ ਬੰਦਾ ਨਸਲੀ ਹੈ ਕਿ ਨਹੀਂ, ਦਾਦਾ ਤਾਂ ਮੇਰਾ ਚੰਦ ਸਫ਼ਰ ਘੰਟੇ ਨਾਲ ਚੱਲ ਕੇ ਦੱਸ ਦੇਵੇ ਬੰਦਾ ਨਾਲ ਨਹੀਂ ਬਣ ਵਾਲਾ ਹੈ ਕਿ ਨਹੀਂ। ਤੁਸੀਂ ਸੋਚ ਕੇ ਦੱਸੋ ਜਿਹਦੇ ਲਈ ਰੱਬ ਨੇ ਕਾਇਨਾਤ ਬਣਾਈ ਹੈ, ਬਿਮਾਰ ਬੰਦਾ ਸੁਭਾਨ ਅੱਲਾ ਬਿਲਕੁਲ ਨਾ ਕੇ, ਜਿਹਦੇ ਸਦਕੇ ਰੱਬ ਨੇ ਕਾਇਨਾਤ ਬਣਾਈ ਹੈ ਅਤੇ ਜਿਹਨੂੰ ਅੱਲਾ ਨੇ ਇਲਮ ਸਾਰੀ ਕਾਇਨਾਤ ਨੂੰ ਉਹਦੀ ਖੈਰਾਤ ਦਿੱਤੀ ਹੈ ਅਤੇ ਜਿਹਨੂੰ ਇਜ਼ਤਾਂ ਅਜ਼ਮਤਾਂ ਉਹਦੀ ਦਹਿਲੀਜ਼ ਤੋਂ ਲੱਭੀਆਂ ਨੇ, ਨਾਲੈਣ ਦੀ ਧੂਲ 'ਚੋਂ ਕਾਇਨਾਤ ਦੀਆਂ ਸਰਦਾਰੀਆਂ ਤਕਸੀਮ ਹੋਵਨ, ਉਹਦੇ ਬਾਰੇ ਕੀ ਖਿਆਲ ਜੋ ਕਿੰਨੀਆਂ ਸ਼ਾਨਾਂ ਅਤੇ ਸੌਕਤਾਂ ਵਾਲਾ। ਇਸ ਵਾਸਤੇ ਜਿਹੜੇ ਨੂੰ ਨਬੀ ਨੇ ਕੀਤਾ ਨਾ ਕਰੀਬ ਅਤੇ ਜਿਹਨਾਂ ਨੂੰ ਨਬੀ ਨੇ ਕਰੀਬ ਕੀਤਾ, ਕਸਮ ਰੱਬ ਦੀ ਉਹ ਸਭ ਤੋਂ ਬੜੇ ਖੁਸ਼ ਨਸੀਬ ਵੀ ਨੇ ਅਤੇ ਸਾਡੇ ਹਬੀਬ ਵੀ ਨੇ।